ਗੋਬਿੰਦ ਸਾਗਰ ਝੀਲ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਜਿੱਥੇ ਕੱਲ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਨੇ ਇੱਕ ਇਨਸੀਡੈਂਟ ਵਾਪਰਿਆ ਸੀ ਉਸ ਤੋਂ ਬਾਅਦ ਨੌਜਵਾਨਾਂ ਦੀ ਜਾਨ ਗਈ ਪੰਜਾਬ ਦੇ 7 ਨੌਜਵਾਨ ਜੋ ਬਨੂੜ ਦੇ ਰਹਿਣ ਵਾਲੇ ਸੀ ਉਹਨਾਂ ਦੀ ਮੌਤ ਹੋਈ ਹੈ ਤੇ ਹੁਣ ਬੇੜੀ ਦੇ ਰਾਹੀਂ ਅਸੀਂ ਇਸ ਜਿਹੜਾ ਸਾਗਰ ਝੀਲ ਹੈ ਉਸ ਦੇ ਵਿੱਚ ਉਤਰੇ ਹਾਂ ਗੋਬਿੰਦ ਸਾਗਰ ਝੀਲ ਦੇ ਵਿੱਚ ਤੇ ਇਸੇ ਬੀੜੀ ਦੇ ਰਾਹੀਂ ਉਹਨਾਂ ਨੌਜਵਾਨਾਂ ਦੇ ਵੱਲੋਂ ਵੀ ਕੱਲ ਬਾਬਾ ਬਾਲਕਨਾਥ ਦੇ ਜਾਣ ਦੇ ਲਈ ਇਸ ਬੇੜੀ ਦਾ ਸਹਾਰਾ ਲੈਣਾ ਸੀ ਪਰ ਉਸ ਵਕਤ ਜਦੋਂ ਨੌਜਵਾਨ ਆਏ ਸੀ ਤਾਂ ਇਹ ਬੇੜੀ ਜਿਹੜੀ ਹੈ ਉਹ ਜਿਹੜੇ ਟੂਰਿਸਟ ਨੇ ਉਹਨਾਂ ਨੂੰ ਲੈ ਕੇ ਉਹ ਸਾਹਮਣੇ ਜਿਹੜਾ ਮੰਦਿਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਉੱਥੇ ਜਾਣਾ ਸੀ ਪਰ ਜਦੋਂ ਬੇੜੀ ਨਹੀਂ ਸੀਗੀ ਨੌਜਵਾਨ ਕੁਝ ਨਹਾਉਣ ਲੱਗ ਗਏ ਤੇ ਇਹ ਉਸ ਵਕਤ ਇਹ ਹਾਦਸਾ ਵਾਪਰਿਆ ਹੈ ਇਹ ਜਿਹੜੀ ਬੇੜੀ ਹੈ ਬੇहद ਜ਼ਿਆਦਾ ਡੂੰਗੀ ਹੈ ਮਤਲਬ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਵੀ ਕਿੱਥੇ ਕਿੰਨੀ ਜ਼ਿਆਦਾ ਡੂੰਘਾਈ ਇਸ ਬੀੜੀ ਇਸ ਗੋਬਿੰਦ ਸਾਗਰ ਝੀਲ ਦੀ ਹੋਵੇ ਕਿੱਥੇ ਕਿੰਨਾ ਏਰੀਆ ਹੋਵੇ ਕਿਉਂਕਿ ਆਮ ਤੌਰ ਦੇ ਉਤੇ ਵੱਡੀ ਗਿਣਤੀ ਚ ਸਲਾਨੀ ਇਹਨਾਂ ਦਿਨਾਂ ਦੇ ਵਿੱਚ ਇੱਥੇ ਆਉਂਦੇ ਨੇ ਸੋ ਅਸੀਂ ਇਸ ਵਕਤ ਗੋਬਿੰਦ ਸਾਗਰ ਝੀਲ ਦੇ ਵਿੱਚ ਉਹ ਵਿੱਚ ਮੌਜੂਦਾ ਪਿੰਡ ਅਮਰੋਲੀ ਜਿਲ੍ਹਾ ਉਹਨਾਂ ਦਾ ਜਦੋਂ ਜ਼ਿਕਰ ਕਰਦੇ ਆ ਕਿਉਂਕਿ ਕੱਲ ਤੋਂ ਹੀ ਇਸ ਗੋਬਿੰਦ ਸਾਗਰ ਝੀਲ ਦਾ ਜ਼ਿਕਰ ਹੋ ਰਿਹਾ ਸੀ ਪਾਣੀ ਬੇਹਦ ਡੂੰਘਾ ਅਤੇ ਠੰਡਾ ਹੈ ਇਸ ਜਿਹੜਾ ਗੋਬਿੰਦਸਗਰ ਝੀਲ ਹੈ ਸੋ ਆਮ ਤੌਰ ਦੇ ਉੱਤੇ ਜਿਹੜਾ ਪਾਣੀ ਹੁੰਦਾ ਹੈ ਉਹ ਬਹੁਤ ਜ਼ਿਆਦਾ ਹੋ ਜਾਂਦਾ ਹੈ ਪਰ ਇਸ ਵਕਤ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਪਾਣੀ ਉਹਨਾਂ ਜਿਆਦਾ ਨਹੀਂ ਹੈਗਾ ਪਰ ਇਸ ਤੋਂ ਜੇਕਰ 1-2 ਮਹੀਨੇ ਬਾਅਦ ਦੀ ਅਸੀਂ ਗੱਲ ਕਰੀਏ ਤਾਂ ਜਿੱਥੇ-ਜਿੱਥੇ ਵੀ ਤੁਸੀਂ ਇਹ ਖਾਲੀ ਏਰੀਆ ਦੇਖ ਰਹੇ ਹੋ ਝੀਲ ਦੇ ਨਾਲ-ਨਾਲ ਵਾਲਾ ਏਰੀਆ ਖਾਲੀ ਦੇਖ ਰਹੇ ਹੋ ਉਹਨਾਂ ਤਮਾਮ ਥਾਵਾਂ ਦੇ ਉੱਤੇ ਪਾਣੀ ਭਰ ਜਾਏਗਾ ਜਦੋਂ ਪਾਖੜਾ ਡੈਮ ਦੇ ਵਿੱਚ ਪਾਣੀ ਦੀ ਬਹੁਤਾਤ ਹੋ ਜਾਂਦੀ ਹੈ ਜਦੋਂ ਗਲੇਸ਼ੀਅਰ ਪਿਗਲਣ ਲੱਗ ਜਾਂਦੇ ਨੇ ਜਦੋਂ ਬਰਸਾਤ ਆਪਣੇ ਸਿਖਰ ਦੇ ਉੱਤੇ ਹੁੰਦੀ ਹੈ ਤਾਂ ਇੱਥੇ ਵੀ ਪਾਣੀ ਸਿਖਰ ਦੇ ਉੱਤੇ ਹੁੰਦਾ ਹੈ ਮਤਲਬ ਤੁਸੀਂ ਜਿੰਨਾ ਵੀ ਏਰੀਆ ਅਰਾਊਂਡ ਅਬਾਊਟ ਜਿਹੜਾ ਦੇਖ ਰਹੇ ਹੋ ਇਸ ਗੋਬਿੰਦ ਸਾਗਰ ਝੀਲ ਦਾ ਉਹ ਸਾਰੇ ਪਾਸੇ ਲਬ ਲਬ ਪਾਣੀ ਭਰਿਆ ਹੁੰਦਾ ਹੈ ਹਰ ਇੱਕ ਏਰੀਆ ਜਿਹੜਾ ਹੈਗਾ ਉਹ ਪਾਣੀ ਦੇ ਨਾਲ ਭਰ ਜਾਂਦਾ ਹੈ ਪਰ ਜਦੋਂ ਹੁਣ ਕੱਲ ਦੇ ਇਨਸੀਡੈਂਟ ਦਾ ਜ਼ਿਕਰ ਕਰਦੇ ਹਾਂ ਵੀ ਕੱਲ ਜਿਹੜਾ ਇਨਸੀਡੈਂਟ ਵਾਪਰਿਆ ਤੇ ਨੌਜਵਾਨ ਜਿਹੜੇ ਨੇ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਤੇ ਅੱਜ ਪੰਜਾਬ ਦੇ ਬਨੂੜ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਉਹਨਾਂ ਨੌਜਵਾਨਾਂ ਦੇ ਘਰਾਂ ਦੇ ਵਿੱਚ ਮਾਤਮ ਫਸਰਿਆ ਹੋਇਆ ਹੈ ਜਿਨ੍ਹਾਂ ਨੇ ਛੋਟੀ ਉਮਰ ਦੇ ਆਪਣੇ ਪੁੱਤ ਗਵਾਏ ਨੇ 35 ਤੋਂ 14 ਸਾਲ ਦੀ ਉਮਰ ਦੇ ਉਹ ਨੌਜਵਾਨ ਸੀ ਤੇ ਇਸ ਵਕਤ ਅਸੀਂ ਹਿਮਾਚਲ ਦੇ ਜ਼ਿਲ੍ਹਾ ਊਨਾ ਦੇ ਪਿੰਡ ਅਮਰੋਲੀ ਦੇ ਵਿੱਚ ਖੜੇ ਆ ਗੋਬਿੰਦ ਸਾਗਰ ਝੀਲ ਦੇ ਵਿੱਚ ਉਹ ਵਿੱਚ ਇਹ ਜਿਹੜੀ ਬੇੜੀ ਹੈ ਉਹ ਚੱਲ ਰਹੀ ਹੈ ਮੌਜੂਦ ਹੈ ਤੇ ਹੁਣ ਇਸ ਪਾਣੀ ਦਾ ਜੇ ਅਸੀਂ ਜ਼ਿਕਰ ਕਰਦੇ ਹਾਂ ਕਿਉਂਕਿ ਪਾਣੀ ਪੰਜਾਬ ਭਰ ਦੇ ਵਿੱਚ ਗੋਬਿੰਦ ਸਾਗਰ ਝੀਲ ਦਾ ਜ਼ਿਕਰ ਆਉਂਦਾ ਹੈ ਤੇ ਚਰਚਾ ਹੁੰਦੀ ਹੈ ਪਰ ਅੱਜ ਇਸ ਵਕਤ ਚਰਚਾ ਦਾ ਵਿਸ਼ਾ ਇਸ ਕਰਕੇ ਹੈ ਕਿਉਂਕਿ ਇਸੇ ਪਾਣੀ ਦੇ ਵਿੱਚ ਇਸੇ ਗੋਬਿੰਦ ਸਾਗਰ ਝੀਲ ਦੇ ਵਿੱਚ ਬਨੂੜ ਦੇ ਸੱਤ ਲੋਕਾਂ ਦੀ ਮੌਤ ਹੋਈ ਸੀ ਤੇ ਇਹ ਜਿਹੜੀ ਝੀਲ ਨੂੰ ਪਾਰ ਕਰਨ ਦੇ ਲਈ ਜਿਹੜੇ ਬਾਬਾ ਬਾਲਕਨਾਥ ਜਿਹੜੇ ਟੂਰਿਸਟ ਆਉਂਦੇ ਨੇ ਤਾਂ ਕਿਉਂਕਿ ਇੱਥੇ ਬਾਬਾ ਗਰੀਬ ਦਾਸ ਦਾ ਮੰਦਿਰ ਹੈ ਤੇ ਜਿਹੜੇ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਉਹ ਬਾਬਾ ਬਾਲਕਨਾਥ ਦੇ ਵੀ ਜਾਂਦੇ ਨੇ ਤੇ ਉੱਥੇ ਜਾਣ ਦੇ ਲਈ ਇਹ ਇੱਕ ਸ਼ਾਰਟਕਟ ਕਹਿ ਲੋ ਜਾਂ ਇੱਥੋਂ ਇੱਕ ਸਿੱਧਾ ਰਸਤਾ ਜਿਹੜਾ ਹੈ ਇਸ ਗੋਬਿੰਦ ਸਾਗਰ ਝੀਲ ਨੂੰ ਕਰ ਕੇ ਸਾਹਮਣੇ ਜਿਹੜਾ ਮੈਂ ਮੰਦਿਰ ਦਾ ਜ਼ਿਕਰ ਕੀਤਾ ਸੀ ਉਹ ਉੱਥੇ ਤੱਕ ਪਹੁੰਚ ਗਏ ਫਿਰ ਬਾਬਾ ਬਾਲਕਨਾਥ ਦੇ ਜਿਹੜੇ ਸ਼ਰਧਾਲੂ ਨੇ ਉਹ ਦਰਸ਼ਨ ਕਰਨ ਦੇ ਲਈ ਜਾਂਦੇ ਨੇ ਇਸੇ ਝੀਲ ਦਾ ਜਾਂ ਇਸੇ ਬੇੜੀ ਦਾ ਸਹਾਰਾ ਲਿਆ ਜਾਂਦਾ ਪਰ ਇਸ ਵਕਤ ਮੈਂ ਬਿਲਕੁਲ ਇਸ ਝੀਲ ਦੇ ਬਿਲਕੁਲ ਸੈਂਟਰ ਦੇ ਵਿੱਚ ਹਾਂ ਬਿਲਕੁਲ ਸੈਂਟਰ ਕਹਿ ਸਕਦੇ ਹਾਂ ਤੇ ਇੱਥੇ ਪਾਣੀ ਬਹੁਤ ਜ਼ਿਆਦਾ ਡੂੰਘਾ ਹੈ ਤੇ ਇਸੇ ਜਿਹੜੇ ਬੇੜੀ ਦੇ ਮਲਾਹ ਨੇ ਜਿਹੜੇ ਸਾਨੂੰ ਇਸ ਦੇ ਰਾਹੀਂ ਇੱਥੇ ਪੂਰਾ ਵਿਊ ਦਿਖਾ ਰਹੇ ਨੇ ਆਪਕਾ ਕੀ ਨਾਮ ਹੈ ਜੀ ਗਰਾ ਸਰ ਲੇਖ ਰਾਜ ਅੱਛਾ ਲੇਖ ਰਾਜ ਜੀ ਕਿੰਨੀ ਗਿਣਤੀ ਦੇ ਵਿੱਚ ਆਮ ਤੌਰ ਦੇ ਉਤੇ ਸ਼ਰਧਾਲੂ ਜਾਂ ਟੂਰਿਸਟ ਆਉਂਦੇ ਨੇ ਬਹੁਤ ਜ਼ਿਆਦਾ ਆਉਂਦੇ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅੱਛਾ ਜਿਵੇਂ ਤੁਸੀਂ ਤਾਂ ਤੈਰਨਾ ਵੀ ਜਾਣਦੇ ਹੋਵੋਗੇ ਬਹੁਤ ਚਿਰ ਤੋਂ ਇੱਥੇ ਬੇੜੀ ਵੀ ਚਲਾਉਂਦੇ ਹੋਵੋਗੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਮਾਂ ਕਾਫੀ ਹੋ ਗਿਆ ਜੀ ਚਲੰਦੇ ਇੱਥੇ ਕਿੰਨਾ ਸਮਾਂ ਹੋ ਗਿਆ ਫਿਰ ਵੀ ਕੋਈ ਆਈਡੀਆ ਇੱਥੇ ਸਾਨੂੰ ਲੇ 5 ਮਹੀਨੇ ਹੋ ਗਏ ਇਹਨੂੰ 5 ਮਹੀਨੇ ਅੱਛਾ ਜਿਵੇਂ ਇਸ ਤਰ੍ਹਾਂ ਦਾ ਇਨਸੀਡੈਂਟ ਵਾਪਰਿਆ ਹੈ ਜਿਸ ਵਕਤ ਹੁਣ ਅਸੀਂ ਵਿੱਚੋ ਵਿੱਚ ਆ ਬਿਲਕੁਲ ਸੈਂਟਰ ਦੇ ਵਿੱਚ ਆ ਚੁੱਕੇ ਹਾਂ ਇੱਥੇ ਕਿੰਨੀ ਗੜਗਾਈ ਹੋ ਸਕਦੀਆਂ ਇੱਥ ਇਹ ਉਹਨਾ ਕੁ ਘੱਟੇ ਘੱਟ 7-800 ਫੁੱਟ 11 7-800 ਫੁੱਟ ਗੋਬਿੰਦ ਸਾਗਰ ਚੀਲ ਦੇ ਇਸ ਏਰੀਆ ਦੇ ਵਿੱਚ 7-800 ਫੁੱਟ ਦੇ ਲਗਭਗ ਗਹਿਰਾ ਹੋਏਗਾ ਜਿਸ ਵੇਲੇ ਪਾਣੀ ਫੁੱਲ ਭਰ ਜਾਂਦਾ ਤਾਂ ਹੋ ਜਾਂਦਾ 1680 ਫੁੱਟ ਪਾਖੜਾ ਦਾ ਲੈਵਲ ਲੈ ਲੈਂਦਾ 1680 ਫੁੱਟ ਅੱਛਾ ਹਾਂਜੀ ਅੱਛਾ ਜਿਹੜਾ ਮੈਂ ਆ ਏਰੀਆ ਦੇਖ ਰਿਹਾ ਅੱਜ ਕਿਹਿਆ ਜਿਹੜਾ ਆ ਵਾਲਾ ਏਰੀਆ ਸਾਹਮਣੇ ਦਿਖ ਰਿਹਾ ਇਸ ਤੋਂ ਬਾਅਦ ਇਹ ਮੰਦਰ ਵਾਲਾ ਏਰੀਆ ਵੀ ਹੈਗਾ ਇਹ ਵੀ ਸਾਰਾ ਪਾਣੀ ਨਾਲ ਭਰ ਜਾਂਦਾ ਪਾਣੀ ਆ ਜਾਂਦਾ ਸਾਰੇ ਅੱਛਾ ਹਾਂਜੀ ਮੰਦਰ ਚ ਪਾਣੀ ਆ ਜਾਂਦਾ ਫਿਰ ਜਿਵੇਂ ਹੁਣ ਤੁਸੀਂ ਬਾਬਾ ਬਾਲਕਨਾਥ ਦੇ ਦਰਸ਼ਨ ਕਰਵਾਉਣ ਦੇ ਲਈ ਸਾਹਮਣੇ ਉਹ ਉਸ ਮੰਦਿਰ ਤੱਕ ਪਹੁੰਚ ਕਰਦੇ ਨੇ ਲੋਕ ਤਾਂ ਤੁਸੀਂ ਉੱਥੇ ਤੱਕ ਲੈ ਕੇ ਜਾਂਦੇ ਹੋਗੇ ਫਿਰ ਬਾਬਾ ਜਿਹੜਾ ਗਰੀਬ ਦਾਸ ਜੀ ਦਾ ਜਿਹੜਾ ਇਹ ਮੰਦਿਰ ਹੈ ਫਿਰ ਇੱਥੇ ਤੱਕ ਵੀ ਪਾਣੀ ਦੇ ਇਹ ਬੇੜੀ ਦਾ ਸਾਰਾ ਲੈਣਾ ਪੈਂਦਾ ਹੋਵੇਗਾ ਜੀ ਜੀ ਮੈਂ ਤਾਂ ਤੇਕਣਾਂ ਦੇ ਜੀ ਵੇ ਲੋਕ ਬੇੜੀ ਜਾਂਦੇ ਫਿਰ ਅੱਛਾ ਕੱਲ ਜਿਹੜੇ ਨੌਜਵਾਨ ਡੁੱਬੇ ਸੀਗੇ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਵਿੱਚ ਮੇਰੇ ਇੱਕ ਦੇ ਨਾਲ ਗੱਲ ਹੋਈ ਸੀ ਵੀ ਜਦੋਂ ਨੌਜਵਾਨ ਕੋਈ ਡੋਬਰੇ ਸੀ ਤਾਂ ਇੱਕ ਬੇੜੀ ਦਾ ਰੱਸਾ ਖੁੱਲਿਆ ਤੇ ਫਿਰ ਸੁੱਟਿਆ ਤੁਸੀਂ ਉਸ ਵਕਤ ਇੱਥੇ ਮजूद ਸੀ ਅਸੀਂ ਗਏ ਸੀ ਪਾਰ ਅੱਛਾ ਤੇ ਅਸੀਂ ਕੋਈ ਨਹੀਂ ਸੀ ਇੱਥੇ ਦੋਨੋਂ ਹੀ ਮਤਲਬ ਏੜੀਆਂ ਪਾਰਤੀਆਂ ਇੱਕ ਏੜੀ ਸੀ ਇੱਥੇ ਅੱਛਾ ਹਾਂਜੀ ਉਹਦਾ ਰਸਾ ਖੁੱਲਿਆ ਹੋਇਆ ਸੀ ਹਾਂਜੀ ਹਾਂਜੀ ਰਸਾ ਖੁੱਲਿਆ ਹੋਇਆ ਸੀ ਅੱਛਾ ਉਸੇ ਰਸੇ ਦੇ ਰਾਹੀਂ ਨੌਜਵਾਨ ਜਿਹੜੇ ਡੁੱਬਰੇ ਸੀ ਉਹਨਾਂ ਦੇ ਵਿੱਚੋਂ ਇੱਕ ਨੂੰ ਕੱਢ ਲਿਆ ਗਿਆ ਖੈਦੂ ਉਹਦੇ ਨਾਲ ਕੱਢਿਆ ਅੱਛਾ ਹਾਂਜੀ ਹਾਂਜੀ ਪਰ ਪਤਾ ਨਹੀਂ ਸਾਨੂੰ ਪਾਸੀ ਫੇਰ ਨਹੀਂ ਅਸੀਂ ਸਵਾਰੀ ਲੈ ਕੇ ਚੱਲ ਗਏ ਇੱਥੇ ਪਾਰ ਦੂਜਾ ਜਿਹੜਾ ਬੇੜਾ ਤੇ ਕਮਾਇਆ ਕਰਦਾ ਇਸ ਵਾਰੀਆਂ ਨੂੰ ਅਸੀਂ ਬਾਬਸੀ ਆਏ ਤਾਂ ਸਾਨੂੰ ਪਤਾ ਲੱਗਿਆ ਇਹ ਇੱਥੇ ਬੰਦੇ ਡੁੱਬ ਗਏ। ਅੱਛਾ। ਜਦੋਂ ਤੁਸੀਂ ਪਹੁੰਚੇ ਤਾਂ ਲਾਸ਼ਾਂ ਕੱਢ ਲਿੰਗੀਆਂ ਅਸੀਂ? ਨਹੀਂ ਸਰ। ਨਹੀਂ ਕੱਢੀ। ਬਾਅਦ ਚ ਕੱਢੀਆਂ। ਅੱਛਾ। ਹਾਂਜੀ। ਤੇ ਇਹ ਜਿਹੜਾ ਏਰੀਆ ਹੈ ਮਤਲਬ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਵੀ ਇਹ ਪੂਰਾ ਏਰੀਆ ਚੱਲ ਰਿਹਾ ਹੈ। ਆਮ ਤੌਰ ਦੇ ਉੱਤੇ ਕਿੰਨੇ ਸ਼ਰਧਾਲੂ ਰੋਜ਼ਾਨਾ ਆਉਂਦੇ ਨੇ ਇੱਥੇ? ਇੱਥੇ ਕਾਫੀ ਆਉਂਦੇ ਜੀ। ਪਾਰ ਤੱਕ ਘੱਟ ਹੀ ਜਾਂਦੇ ਉਧਾਂ। ਇੱਥੇ ਹਮ ਇੱਥੇ ਜ਼ਿਆਦਾ ਆਉਂਦੇ ਮੰਦਿਰ ਤੇ ਜ਼ਿਆਦਾ ਆਉਂਦੇ। ਹਮ ਮੰਦਿਰ ਵਿੱਚ ਜ਼ਿਆਦਾ ਆਉਂਦੇ। ਮੰਦਿਰ ਵਿੱਚ ਜ਼ਿਆਦਾ ਆਉਂਦੇ। ਹਾਂਜੀ। ਮੱਥਾ ਟੇਕ ਤੋ ਕੋਈ ਅਜੇ ਇੱਧਰ ਜਾਣ ਵਾਲਾ ਨਹੀਂ ਤੇ ਵਾਪਸੀ ਚਲੇ ਜਾਂਦੇ ਪੀਰ ਨੂੰ ਵਾਪਸ ਚਲੇ ਜਾਂਦੇ ਹਾਂ ਹਾਂਜੀ ਜੋਰਾ ਜੀ ਠੀਕ ਹੈ ਹਾਂਜੀ ਸੋ ਇਹ ਜਿਹੜਾ ਏਰੀਆ ਇਸ ਝੀਲ ਦਾ ਹਰ ਪਾਸੇ ਤੋਂ ਜਿਹੜਾ ਇਹ ਝੀਲ ਦਾ ਜਿਹੜਾ ਏਰੀਆ ਇਹ ਫੈਲਿਆ ਹੋਇਆ ਹੈ ਸੋ ਹਰ ਤੌਰ ਦੇ ਉੱਤੇ ਕਿ ਹੁਣ ਜਦੋਂ ਇਹ ਇਨਸੀਡੈਂਟ ਵਾਪਰਿਆ ਹੈ ਤਾਂ ਤਮਾਮ ਤਰ੍ਹਾਂ ਦੇ ਜਿਹੜੇ ਇੰਤਜ਼ਾਮ ਨੇ ਉਹ ਵੀ ਪ੍ਰਸ਼ਾਸਨ ਦੇ ਵੱਲੋਂ ਇੱਥੇ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ ਪਰ ਇੱਕ ਗੱਲ ਇਹ ਹੈ ਸਵਾਲ ਇਹ ਹੈ ਕਿਉਂਕਿ ਬੇਸ਼ੱਕ ਹੁਣ ਜਦੋਂ ਅਸੀਂ ਇਸ ਬੀੜੀ ਦੇ ਵਿੱਚ ਖੜੇ ਆ ਤਾਂ ਸਵਾਲ ਇਹ ਹੈ ਕਿ ਜਿਹੜੇ ਇੱਥੇ ਟੂਰਿਸਟ ਆਉਂਦੇ ਨੇ ਜਾਂ ਜਿਹੜੇ ਟੂਰਿਸਟਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਹੁਣ ਮੈਂ ਥੋੜੀ ਦੇਰ ਪਹਿਲਾਂ ਕਿਉਂਕਿ ਅਸੀਂ ਜਦੋਂ ਇਸ ਝੀਲ ਦੇ ਉੱਤੇ ਪਹੁੰਚੇ ਤਾਂ ਬੇਸ਼ੱਕ ਪੁਲਿਸ ਦੇ ਮੁਲਾਜ਼ਮ ਤਾਂ ਪਹੁੰਚ ਰਹੇ ਨੇ ਪਰ ਦੂਜੀ ਗੱਲ ਇਹ ਹੈ ਕਿ ਜਿਹੜੇ ਨੌਜਵਾਨ ਜਾਂ ਜਿਹੜੇ ਯੂਥ ਇੱਥੇ ਪਹੁੰਚਦਾ ਹੈ ਜਿਹੜੇ ਟੂਰਿਸਟ ਇੱਥੇ ਪਹੁੰਚਦੇ ਨੇ ਵੱਡਾ ਇਨਸੀਡੈਂਟ ਕੱਲ ਹੋਇਆ ਸਤ ਦੇ ਕਰੀਬ ਜਿਹੜੇ ਨੇ ਨੌਜਵਾਨਾਂ ਦੀ ਕੱਲ ਜਾਨ ਗਈ ਹੈ ਉਸ ਦੇ ਬਾਵਜੂਦ ਵੀ ਸੇਧ ਕਿਉਂ ਨਹੀਂ ਲਈ ਜਾਂਦੀ ਅਜੇ ਵੀ ਨੌਜਵਾਨ ਇੱਥੇ ਉਤਰਦੇ ਨੇ ਨਹਾਉਂਦੇ ਨੇ ਸੈਲਫੀਆਂ ਲਿਆਂ ਜਾਂਦੀਆਂ ਨੇ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਬਿਨਾ ਕਿਸੇ ਬਚਾਤੋਂ ਬਿਨਾ ਕਿਸੇ ਸੁਰੱਖਿਆ ਤੋਂ ਬਿਨਾ ਕਿਸੇ ਡਰ ਤੋਂ ਪਰ ਦੂਜਾ ਸਵਾਲ ਇਹ ਵੀ ਹੈ ਕਿ ਉਹਨਾਂ ਪ੍ਰਸ਼ਾਸਨ ਬੇਸ਼ੱਕ ਇਹ ਪੰਜਾਬ ਦੀ ਦੇ ਦੁਨੀਆ ਭਰ ਦੇ ਵਿੱਚ ਗੋਬਿੰਦ ਸਾਗਰ ਝੀਲ ਦਾ ਨਾਮ ਜਾਣਿਆ ਜਾਂਦਾ ਹੈ ਤੇ ਹੁਣ ਜਦੋਂ ਅਸੀਂ ਇਸ ਵਕਤ ਇਸ ਝੀਲ ਦੇ ਵਿੱਚ ਖੜੇ ਆ ਤਾਂ ਕੋਈ ਆਈਡੀਆ ਨਹੀਂ ਲਗਾ ਸਕਦਾ ਵੀ ਕਿੱਥੇ ਕਿੰਨਾ ਡੂੰਘਾ ਇਹ ਏਰੀਆ ਹੈ ਕਿੰਨੇ ਕਿੰਨੇ ਫੁੱਟ ਦੇ ਤੱਕ ਪਾਣੀ ਹੋ ਸਕਦਾ ਕਿੱਥੇ ਕੀ ਹੋ ਸਕਦਾ ਕਿਉਂਕਿ ਪਹਾੜੀਆਂ ਦੇ ਟਾਈਪ ਇੱਥੇ ਪਾਣੀ ਆਇਆ ਹੋਇਆ ਹੈ ਪਹਾੜੀਆਂ ਦੀ ਤਰ੍ਹਾਂ ਇੱਕ ਜਿਹੜਾ ਹੈ ਇਹ ਇਸ ਛੀਲ ਦੇ ਅੰਦਰ ਵੀ ਹੈਗਾ ਵੀ ਕਿਤੇ ਲੈਵਲ ਬਰਾਬਰ ਹੋ ਜਾਂਦਾ ਹੈ ਕਿਤੇ ਇੱਕੋ ਦਮ 60 70 ਫੁੱਟ ਡੂੰਘਾ ਹੋ ਜਾਂਦਾ ਹੈ ਤੇ ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਦੇ ਵੱਲੋਂ ਇਸ ਛੀਲ ਦੇ ਆਲੇ ਦੁਆਲੇ ਕੋਈ ਨੋਟਿਸ ਨਹੀਂ ਲਗਾਇਆ ਗਿਆ ਕੋਈ ਜਾਣਕਾਰੀ ਨਹੀਂ ਲਗਾਈ ਗਈ ਹਾਲਾਂਕਿ ਇੱਕ ਮੰਦਰ ਦੇ ਬਾਹਰ ਜਾਂ ਹੋਰ ਏਰੀਆ ਦੇ ਵਿੱਚ ਜਾਣਕਾਰੀ ਰੱਖੀ ਗਈ ਹੈ ਵੀ ਇੱਥੇ ਇਹ ਚੀਜ਼ਾਂ ਬੈਨ ਨੇ ਇੰਨਾ ਜ਼ਿਆਦਾ ਛੀਲ ਦੇ ਵਿੱਚ ਡੂੰਘਾ ਇਹ ਪਰ ਝੀਲ ਦੇ ਸਾਲੇ ਦਵਾਲੇ ਦੇ ਵਿੱਚ ਕੋਈ ਜਿਹੜਾ ਪੈਮਾਨਾ ਉਹ ਪੂਕਤਾ ਨਹੀਂ ਕੀਤਾ ਗਿਆ ਕਿਸੇ ਤਰੀਕੇ ਦੇ ਨਾਲ ਕੋਈ ਸੁਰੱਖਿਆ ਦੇ ਇੰਤਜ਼ਾਮ ਨਹੀਂ ਹੈਗੇ ਜੋ ਆਮ ਤੌਰ ਦੇ ਉੱਤੇ ਇੱਕ ਵੱਡਾ ਟੂਰਿਸਟ ਪਲੇਸ ਹੈ ਪੰਜਾਬ ਭਰ ਦੇ ਵਿੱਚ ਜਾਣਿਆ ਜਾਂਦਾ ਪਰ ਉਸ ਦੇ ਬਾਵਜੂਦ ਵੀ ਕਿਉਂ ਅਜਹੀਆਂ ਜਿਹੜੀਆਂ ਕੁਤਾਹੀਆਂ ਨੇ ਉਹ ਵਰਤੀਆਂ ਜਾਂਦੀਆਂ ਨੇ ਤੇ ਉਸ ਦਾ ਖਾਮਿਆਜਾ ਲੋਕਾਂ ਨੂੰ ਟੂਰਿਸਟਾਂ ਨੂੰ ਭੁਗਤਣਾ ਪੈਂਦਾ ਹੈ ਤੇ ਉਸ ਤੋਂ ਬਾਅਦ ਅਜਿਹੀਆਂ ਖਬਰਾਂ ਆਉਂਦੀਆਂ ਨੇ ਤੇ ਜਿਵੇਂ ਕੱਲ ਦਾ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਦੇ ਬਨੂੜ ਦੇ 7 ਨੌਜਵਾਨਾਂ ਦੀ ਮੌਤ ਹੋਈ ਹੈ ਪਰ ਇਹਨਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ ਅਜੇ ਇਹ ਪ੍ਰਬੰਧ ਕਰਨ ਦੇ ਲਈ ਜ਼ਿੰਮੇਵਾਰੀ ਕੌਣ ਲਏਗਾ ਤੇ ਇਸ ਵਕਤ ਅਸੀਂ ਗੋਬਿੰਦ ਸਾਗਰ ਝੀਲ ਦੇ ਬੇਟਾਂ ਵਿਚ ਮੌਜੂਦਾ ਜਿੱਥੇ ਬਹੁਤ ਜ਼ਿਆਦਾ ਡੂੰਘਾ ਪਾਣੀ ਹੈ ਤੇ ਬੇੜੀ ਦੇ ਰਾਹੀਂ ਅਸੀਂ ਤੁਹਾਨੂੰ ਇਸ ਪੂਰੀ ਝੀਲ ਦਾ ਜਿਹੜਾ ਹੈ ਉਹ ਰੂਪ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਹਰ ਇੱਕ ਤਰ੍ਹਾਂ ਦਾ ਵਿਜ਼ੂਅਲ ਹਰ ਇੱਕ ਤਰ੍ਹਾਂ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਕੱਲ ਦਾ ਜੋ ਇਨਸੀਡੈਂਟ ਵਾਪਰਿਆ ਇਹ ਜਿਹੜੀ ਝੀਲ ਹੈ ਪੰਜਾਬ ਭਰ ਦੇ ਵਿੱਚ ਲੋਕਾਂ ਦੇ ਵਿੱਚ ਸੀ ਕੋਸ਼ਿਸ਼ ਵੀ ਕਿਸ ਤਰ੍ਹਾਂ ਦਾ ਇਹ ਪੂਰਾ ਰਿਵਿਊ ਸੀ ਕਿਵੇਂ ਮੌਤਾਂ ਹੋਈਆਂ ਆਖਰ ਇੱਕੋ ਦਮ ਨੌਜਵਾਨ ਕਿਵੇਂ ਡੁੱਬ ਗਏ ਹਾਲਾਂਕਿ ਜਿਵੇਂ ਗੱਲ ਹੋਈ ਹੈ ਨੌਜਵਾਨਾਂ ਦੇ ਡੁੱਬਣ ਦੀ ਤਾਂ ਮੈਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਇਸੇ ਝੀਲ ਦੇ ਅਸੀਂ ਵਿੱਚੋਂ ਵਿੱਚ ਮੌਜੂਦ ਹਾਂ ਤੇ ਉਹ ਪੂਰਾ ਇਨਸੀਡੈਂਟ ਪੁਆਇੰਟ ਹੈ ਕੀ ਸੀ ਕਿੱਥੇ ਹੈ ਕਿਉਂ ਉਹ ਪੂਰਾ ਇਨਸੀਡੈਂਟ ਵਾਪਰਿਆ ਆਖਰ ਉਸ ਵਕਤ ਦਾ ਪੂਰਾ ਨਜ਼ਾਰਾ ਕੀ ਸੀ ਪ੍ਰੈਸ ਵਕਤ ਜੇਕਰ ਮੈਂ ਘੁੰਮਣ ਫਿਰਨ ਦੇ ਲਿਹਾਜ਼ ਦੇ ਨਾਲ ਗੱਲ ਕਰਾਂ ਤਾਂ ਝੀਲ ਬਹੁਤ ਵਧੀਆ ਬਹੁਤ ਸੁੰਦਰ ਨਜ਼ਾਰਾ ਹੈ ਆਲੇ ਦੁਆਲੇ ਬਹੁਤ ਉੱਚੀਆਂ ਉੱਚੀਆਂ ਪਹਾੜੀਆਂ ਨੇ ਬਹੁਤ ਸੋਹਣਾ ਦੇਖਣ ਨੂੰ ਵਿਜ਼ਰ ਹੈ ਬਾਬਾ ਗਰੀਬਦਾਸ ਜੀ ਦਾ ਮੰਦਿਰ ਹੈ ਤੇ ਨਾਲ ਹੀ ਸ਼ਿਵਜੀ ਦੀ ਮੂਰਤੀ ਹੈ ਜਿੱਥੇ ਦੁਨੀਆ ਭਰ ਤੋਂ ਜਿਹੜੇ ਸ਼ਰਧਾਲੂ ਨੇ ਉਹ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਪਰ ਜਿਵੇਂ ਵਿੱਚੋ ਵਿੱਚ ਪਹਾੜ ਵੀ ਬਹੁਤ ਨੇ ਝੀਲ ਦੇ ਜਿਹੜਾ ਏਰੀਆ ਇੱਕ ਇੱਕ ਲੈਵਲ ਦਾ ਨਹੀਂ ਹੈਗਾ ਵੱਖ-ਵੱਖ ਤਰ੍ਹਾਂ ਦੇ ਜਿਹੜੇ ਲੈਵਲ ਨੇ ਉਹ ਇਸ ਝੀਲ ਦੇ ਵਿੱਚ ਹੈਗੇ ਨੇ ਪਰ ਹੁਣ ਜਿਹੜਾ ਮੈਂ ਸਾਹਮਣੇ ਤੁਹਾਨੂੰ ਵਿਜ਼ੂਅਲ ਦਿਖਾ ਰਿਹਾ ਹਾਂ ਬਾਬਾ ਗਰੀਬਦਾਸ ਜੀ ਦਾ ਮੰਦਿਰ ਹੈ ਉਹ ਵੀ ਜਦੋਂ ਕਹਿੰਦੇ ਨੇ ਵੀ ਪਾਣੀ ਪੀਕਤੇ ਹੁੰਦਾ ਹੈ ਤਾਂ ਇਹ ਸਮੁੰਦਰ ਦੇ ਆਲੇ-ਦੁਆਲੇ ਵੀ ਪੂਰੀ ਤਰੀਕੇ ਦੇ ਨਾਲ ਪਾਣੀ ਭਰ ਜਾਂਦਾ ਹੈ ਬੇੜੀ ਦਾ ਸਹਾਰਾ ਲੈ ਕੇ ਜਿਹੜੇ ਸ਼ਰਧਾਲੂ ਨੇ ਉਹ ਸਮੁੰਦਰ ਤੱਕ ਨਤਮਤ ਤੱਕ ਹੋਣ ਦੇ ਲਈ ਪਹੁੰਚਦੇ ਨੇ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਕੇ ਦੇਖੋ ਇਹ ਜਿਹੜਾ ਗੋਬਿੰਦ ਸਾਗਰ ਝੀਲ ਦੇ ਜਿਹੜਾ ਇਸ ਵਕਤ ਪਾਣੀ ਹੈ ਇਹਦਾ ਇਸ ਵਕਤ ਲੈਵਲ ਦੇਖੋ ਤੇ ਸਾਹਮਣੇ ਮੰਦਿਰ ਦਾ ਲੈਵਲ ਦੇਖੋ ਤੁਹਾਨੂੰ ਡਿਫਰੈਂਸ ਆਪਣੇ ਆਪ ਪਤਾ ਚੱਲ ਜਾਏਗਾ ਕਿ ਪਾਣੀ ਜਦੋਂ ਪੀਕ ਤੇ ਹੁੰਦਾ ਹੈ ਤਾਂ ਹਰ ਇੱਕ ਪਾਸਾ ਕਿਵੇਂ ਭਰਿਆ ਹੋਏਗਾ ਤੇ ਉਸ ਵਕਤ ਖਤਰਾ ਵੀ ਸਿਖਰ ਦੇ ਉੱਤੇ ਹੋਏਗਾ ਕਿਉਂਕਿ ਕੋਈ ਅੰਦਾਜ਼ਾ ਨਹੀਂ ਲਗਾਏਗਾ ਜਿਹੜਾ ਨਵਾਂ ਬੰਦਾ ਆਏਗਾ ਇੱਥੇ ਜੋ ਵੀ ਟੂਰਿਸਟ ਪਹਿਲੀ ਵਾਰ ਆਏਗਾ ਤਾਂ ਉਸ ਨੂੰ ਪਤਾ ਨਹੀਂ ਹੋਏਗਾ ਵੀ ਇਸ ਦਾ ਅੰਦਰਲਾ ਸਟਰਕਚਰ ਕੀ ਹੈ ਕਿਸ ਤਰੀਕੇ ਦੇ ਨਾਲ ਝੀਲ ਦੇ ਵਿੱਚ ਪਾਣੀ ਆਇਆ ਹੋਇਆ ਹੈ ਤੇ ਉਸ ਵਕਤ ਦੀ ਸਥਿਤੀ ਕੀ ਹੋਏਗੀ ਜਿਵੇਂ ਸਾਹਮਣੇ ਤੁਸੀਂ ਉਹ ਪੁਲਿਸ ਮੁਲਾਜ਼ਮ ਦੇਖ ਰਹੇ ਹੋ ਇਹਨਾਂ ਦੀ ਡਿਊਟੀ ਇਸ ਵਕਤ ਗਸ਼ਟ ਦੇ ਉੱਤੇ ਲੱਗੀ ਹੈ ਵੀ ਜਿਹੜੇ ਇੱਥੇ ਨੌਜਵਾਨ ਜਾਂ ਟੂਰਿਸਟ ਆਉਂਦੇ ਨੇ ਉਹ ਇੱਥੇ ਨਾ ਨਾ ਹੋਣ ਕਿਸੇ ਵੀ ਤਰੀਕੇ ਦੇ ਨਾਲ ਖਤਰੇ ਦੇ ਵਿੱਚ ਨਾ ਜਾਵਣ ਲੋਕਾਂ ਨੂੰ ਇਹ ਜਾਗਰੂਕ ਕਰ ਰਹੇ ਨੇ ਸੁਚੇਤ ਕਰ ਰਹੇ ਨੇ ਰੋਕ ਰਹੇ ਨੇ ਵੀ ਅੰਦਰ ਨਾ ਜਾਇਆ ਜਾਵੇ ਨਾ ਨਹਾਉਣ ਦੇ ਲਈ ਉਤਰਿਆ ਜਾਵੇ ਪਰ ਜੇਕਰ ਇਸ ਤਰ੍ਹਾਂ ਦੇ ਇੰਤਜ਼ਾਮ ਪਹਿਲਾਂ ਹੁੰਦੇ ਇੱਥੇ ਕੋਈ ਕਿਸੇ ਤਰੀਕੇ ਦੇ ਨਾਲ ਬੋਰਡ ਲੱਗੇ ਹੁੰਦੇ ਇੱਥੇ ਕਿਸੇ ਤਰੀਕੇ ਦਾ ਲੈਵਲ ਦੱਸਿਆ ਹੁੰਦਾ ਵੀ ਇਸ ਛੀਲ ਦਾ ਲੈਵਲ ਹੈ ਇਸ ਤਰੀਕੇ ਦੇ ਨਾਲ ਹੈ ਇਸ ਦਾ ਕੋਈ ਸਟਰਕਚਰ ਲੱਗਿਆ ਹੋਆ ਹੁੰਦਾ ਵੀ ਇੱਥੇ ਅੰਦਰੋਂ ਅੰਦਰੀ ਇਸ ਤਰੀਕੇ ਦੇ ਨਾਲ ਪਹਾੜੀਆਂ ਇੱਥੇ ਨਾ ਜਾਇਆ ਜਾਵੇ ਇੱਥੇ ਨਾ ਉਤਰਿਆ ਜਾਵੇ ਹਾਲਾਂਕਿ ਲੋਕਾਂ ਨੂੰ ਆਪਣੇ ਪੱਧਰ ਦੇ ਉੱਤੇ ਵੀ ਜਾਗਰੂਕਤਾ ਚਾਹੀਦੀ ਹੈ ਸਮਝਣ ਦੀ ਲੋੜ ਹੈ ਪਰ ਜਦੋਂ ਹਾਦਸੇ ਵਾਪਰ ਜਾਂਦੇ ਨੇ ਸਿੱਧੇ ਤੌਰ ਦੇ ਤੇ ਸਵਾਲ ਪ੍ਰਸ਼ਾਸਨ ਦੇ ਉੱਤੇ ਉੱਠਦੇ ਨੇ ਕਿ ਆਖਰ ਅਜਿਹੇ ਹਾਦਸੇ ਵਾਪਰਨ ਦਾ ਕਾਰਨ ਕੀ ਹੈ ਕਿਉਂਕਿ ਇਹ ਕੋਈ ਪਹਿਲਾ ਹਾਸਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਹਾਦਸੇ ਵਾਪਰਦੇ ਰਹੇ ਨੇ ਤੇ ਹੁਣ ਵੀ ਵਾਪਰਿਆ ਹੈ ਇਸ ਨੂੰ ਕਿਵੇਂ ਰੋਕਿਆ ਜਾਵੇ ਇਹ ਸਵਾਲ ਹੈ ਪਰ ਇਸ ਵਕਤ ਇਹ ਤਸਵੀਰਾਂ ਨੇ ਜਿੱਥੇ ਕੱਲ ਇਨਸੀਡੈਂਟ ਵਾਪਰਿਆ ਮੈਂ ਉਹਦੀਆਂ ਤਸਵੀਰਾਂ ਵੀ ਚਾਹਾਂਗਾ ਕਿ ਕੈਮਰਾਮੈਨ ਉਹ ਜ਼ਰੂਰ ਸਾਹਮਣੇ ਜਿਹੜੀ ਬੇੜੀ ਤੁਸੀਂ ਦੇਖ ਰਹੇ ਹੋ ਉਹਦੇ ਨਾਲ ਦੀ ਇੱਕ ਜਿਹੜੀ ਚੋਟੀ ਹੈ ਜਾਂ ਪਹਾੜੀ ਦਾ ਮੈਂ ਕਹਿ ਸਕਦਾ ਉਸ ਪੁਆਇੰਟ ਦੇ ਉੱਤੇ ਹੀ ਕੱਲ ਜਿਹੜੇ ਨੌਜਵਾਨ ਨੇ ਨਹਾਉਣ ਦੇ ਲਈ ਉਤਰੇ ਸੀ 35 ਤੋਂ 14 ਸਾਲ ਦੀ ਉਮਰ ਦੇ ਵਿੱਚ ਕਾਰ ਦੇ ਮਜ਼ਦੂਰ ਪਰਿਵਾਰਾਂ ਦੇ ਨਾਲ ਸਬੰਧਤ ਗਰੀਬ ਪਰਿਵਾਰਾਂ ਦੇ ਨਾਲ ਸਬੰਧਤ ਜਿਨ੍ਹਾਂ ਦੀ ਕੱਲ ਮੌਤ ਹੋਈ ਹੈ ਸੋ ਇਹ ਝੀਲ ਦੇ ਵਿੱਚੋ ਵਿੱਚ ਅਸੀਂ ਇਸ ਵਕਤ ਮੌਜੂਦ ਆ ਤੇ ਪਾਣੀ ਬੇहद ਗਹਿਰਾ ਪਰ ਠੰਡਾ ਵੀ ਹੈ ਪਰ ਜਦੋਂ ਉਸੀ ਜ਼ਿਕਰ ਕਰਦੇ ਆਂ ਸਲਾਨੀਆਂ ਦੇ ਪੱਖ ਤੋਂ ਤਾਂ ਬੇਹਦ ਵਧੀਆ ਪਲੇਸ ਹੈ ਦੂਰ ਦਰਾਡੇ ਤੋਂ ਸਲਾਨੀ ਇੱਥੇ ਘੁੰਮਣ ਦੇ ਲਈ ਆਉਂਦੇ ਨੇ ਇੱਕ ਚੰਗਾ ਪਲੇਸ ਮੰਨਿਆ ਜਾਂਦਾ ਹੈ ਤੇ ਇਸੇ ਗੋਬਿੰਦ ਸਾਗਰ ਝੀਲ ਨੂੰ ਪਾਰ ਕਰਕੇ ਬਾਬਾ ਬਲਕਨਾਥ ਦੇ ਜਿਹੜੇ ਦਰਸ਼ਨ ਕਰਨ ਦੇ ਲਈ ਲੋਕ ਆਉਂਦੇ ਨੇ ਉਹਨਾਂ ਦੇ ਲਈ ਵੀ ਇੱਕ ਰਾਹ ਹੈਗਾ ਜਿਹੜੇ ਇੱਕ ਪਿੰਡ ਤੋਂ ਦੂਜੇ ਪਿੰਡ ਤੇ ਜਾਂਦੇ ਨੇ ਉਹਨਾਂ ਦੇ ਲਈ ਵੀ ਜਿਨ੍ਹਾਂ ਨੇ ਸ਼ਾਰਟ ਕਟ ਵਰਤਣਾ ਸਮਾਂ ਬਚਾਉਣਾ ਉਹਨਾਂ ਦੇ ਲਈ ਵੀ ਰਾਹ ਹੈਗਾ ਸੋ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਜਾਣ ਦੇ ਲਈ ਵੀ ਇੱਕ ਰਾਹ ਹੈਗਾ ਇਸੇ ਬੇੜੀ ਦੇ ਰਾਹ ਆਮ ਤੌਰ ਦੇ ਉਤੇ ਰੋਜ਼ਾਨਾ ਵੱਡੀ ਗਿਣਤੀ ਚ ਲੋਕ ਜਾਂਦੇ ਨੇ ਇਹਦੇ ਰਾਹੀਂ ਹੀ ਵਾਹਨ ਜਿਹੜੇ ਨੇ ਜਿਵੇਂ ਮੋਟਰਸਾਈਕਲ ਵਗੈਰਾ ਸਕੂਟੀ ਵਗੈਰਾ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਵਿੱਚ ਬਿਠਾਇਆ ਜਾਂਦਾ ਤੇ ਇਸ ਬੇੜੀ ਦੇ ਰਾਹੀਂ ਇਹੀ ਮਲਾਹ ਨੇ ਜਿਹੜੇ ਹਰ ਰੋਜ਼ ਵੱਡੀ ਗਿਣਤੀ ਚ ਲੋਕਾਂ ਨੂੰ ਆ ਉਹ ਉਹਨਾਂ ਦੀ ਮੰਜ਼ਲ ਤੱਕ ਪਹੁੰਚਾਉਂਦੇ ਨੇ ਸ਼ਰਧਾਲੂਆਂ ਨੂੰ ਬਾਬਾ ਬਾਲਕਨਾਥ ਦੇ ਉਸ ਰਾਹ ਪਾਉਂਦੇ ਨੇ ਇਸੇ ਬੇੜੀ ਦੇ ਰਾਈ ਤੇ ਇਸੇ ਝੀਲ ਨੂੰ ਪਾਰ ਕਰਕੇ ਲੋਕ ਆਪਣੀ ਮੰਜ਼ਲ ਦੇ ਵੱਲ ਵੱਧਦੇ ਨੇ ਤੇ ਕੱਲ ਵੀ ਵਦਨਾ ਸੀ ਉਹਨਾਂ ਸੱਤ ਨੌਜਵਾਨਾਂ ਨੇ ਜਿਹੜੇ ਦਰਸ਼ਨ دیدار ਦੇ ਲਈ ਆਏ ਸੀ ਬਾਬਾ ਬਾਲਕਨਾਥ ਦੇ ਦਰਸ਼ਨ ਕਰਨੇ ਸੀ ਬਾਬਾ ਗਰੀਬ ਦਾਸ ਜੀ ਦੇ ਮੰਦਿਰ ਜੀ ਦੇ ਜਿਹੜੇ ਦਰਸ਼ਨ ਕਰਨ ਤੋਂ ਬਾਅਦ ਇੱਥੇ ਨਹਾਉਣ ਦੇ ਲਈ ਰੁਕੇ ਤੇ ਰੁਕਣ ਦਾ ਕਾਰਨ ਇਹ ਸੀ ਕਿ ਬਾਬਾ ਬਾਲਕਨਾਥ ਦੇ ਜਾਣਾ ਸੀ ਪਰ ਉਸ ਵਕਤ ਬੇੜੀ ਨਹੀਂ ਸੀਗੀ ਕਿਉਂਕਿ ਇਹਨਾਂ ਦੇ ਇੱਕ ਕਾ ਟਾਈਮ ਹੈਗਾ ਇਹ ਉਸ ਹਿਸਾਬ ਦੇ ਨਾਲ ਚੱਲਦੇ ਨੇ ਜਦੋਂ ਇੱਥੇ ਰੋਜ਼ਾਨਾ ਜਿਹੜੇ ਟੂਰਿਸਟ ਨੇ ਜਿਹੜੇ ਲਗਲੇ ਪਿੰਡਾਂ ਦੇ ਲੋਕ ਨੇ ਇੱਥੇ ਇਕੱਠੇ ਹੋ ਜਾਂਦੇ ਨੇ ਤੇ ਉਸ ਹਿਸਾਬ ਦੇ ਨਾਲ ਇਹ ਉਹਨਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਇਸ ਗੋਬਿੰਦ ਸਾਗਰ ਚੀ ਨੂੰ ਪਾਰ ਕਰਾਉਂਦੇ ਨੇ ਸੋ ਵਿੱਚੋਂ ਵਿੱਚ ਇਸ ਵਕਤ ਅਸੀਂ ਇਸ ਬੇੜੀ ਦਾ ਸਹਾਰਾ ਲੈ ਕੇ ਇਸ ਝੀਲ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਸਾਹਮਣੇ ਪਹਾੜੀਆਂ ਦੀ ਹਾਈਟ ਦੇਖੋ ਅਸਮਾਨ ਦੇ ਵਿੱਚ ਬੱਦਲ ਹੈ ਪਰ ਖੂਬਸੂਰਤ ਨਜ਼ਾਰਾ ਹੈ ਪਰ ਕੱਲ ਦਾ ਜਿਹੜਾ ਇੱਕ ਗਮਗੀਨ ਮਾਹੌਲ ਮਾਹੌਲ ਇੱਥੇ ਬਣਿਆ ਸੀ ਸਲਾਨੀ ਕੱਲ ਵੀ ਬਹੁਤ ਸੀ ਵੱਡੀ ਗਿਣਤੀ ਚ ਸੀ ਹਾਲਾਂਕਿ ਅੱਜ ਗਿਣਤੀ ਘਟ ਹੋਈ ਹੈ ਸਲਾਨੀਆਂ ਦੀ ਵੀ ਜਿਹੜੇ ਪਿੰਡਾਂ ਤੋਂ ਇਸ ਬੇੜੀ ਦੇ ਰਾਹੀਂ ਆਉਂਦੇ ਨੇ ਉਹਨਾਂ ਦੀ ਵੀ ਗਿਣਤੀ ਥੋੜੀ ਜਿਹੀ ਘੱਟ ਹੋਈ ਹੈ ਕਿਉਂਕਿ ਕੱਲ ਦਾ ਜੋ ਸੀਨ ਦੁਨੀਆ ਨੇ ਦੇਖਿਆ ਸੱਤ ਨੌਜਵਾਨਾਂ ਦੀ ਮੌਤ ਹੋਈ ਕੱਲ ਇੱਥੇ ਬਹੁਤ ਵੱਡੀ ਗਿਣਤੀ ਚ ਲੋਕ ਵੀ ਇਕੱਠੇ ਹੋਏ ਕਿ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਡੁੱਬਦੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਮਸ਼ੱਕਤ ਕੀਤੀ ਜਾਂਦੀ ਹੈ ਜਿਹੜੇ ਨਾਲ ਦੇ ਸਾਥੀ ਨੌਜਵਾਨ ਕਿਉਂਕਿ ਚਾਰ ਨੌਜਵਾਨ ਸੀਗੇ ਇੱਕ ਵਿੱਚੋਂ ਕ੍ਰਿਸ਼ਨ ਨਾਮ ਦਾ ਨੌਜਵਾਨ ਜਿਹੜਾ ਡੁੱਬਦਾ ਡੁੱਬਦਾ ਬਚਿਆ ਹੈ ਤੇ ਉਸ ਨੂੰ ਬਚਾਇਆ ਨਾਲ ਦੇ ਨੌਜਵਾਨ सोनू ਨੇ ਪਹਿਲਾਂ ਜਦੋਂ ਪਹਿਲਾ ਨੌਜਵਾਨ ਫਿਸਲਿਆ ਤਾਂ ਬਾਕੀ ਨੌਜਵਾਨਾਂ ਨੇ ਉਹਨਾਂ ਨੂੰ ਬਚਾਉਣ ਦੇ ਲਈ ਕੜੀ ਬਣਾਉਣ ਦੀ ਕੋਸ਼ਿਸ਼ ਕੀਤੀ ਇੱਕ ਦੂਜੇ ਦੇ ਹੱਥ ਫੜਨ ਦੀ ਕੋਸ਼ਿਸ਼ ਕੀਤੀ ਤਾਂ ਜੋ ਕੜੀ ਬਣਾਈ ਜਾਵੇ ਚੇਨ ਬਣਾਈ ਜਾਵੇ ਤੇ ਡੁੱਬਦੇ ਨੌਜਵਾਨ ਨੂੰ ਬਚਾਇਆ ਜਾ ਸਕੇ ਤਾਂ ਜੋ ਖਾਈ ਦੇ ਵਿੱਚ ਜਿਹੜਾ ਹੈ ਪਾਣੀ ਦੇ ਵਿੱਚ ਉਹ ਨਾ ਜਾ ਕੇ ਡਿੱਗੇ ਪਰ ਹੋਇਆ ਉਹੀ ਜਿਸ ਦਾ ਡਰ ਸੀ ਇੱਕ ਨੂੰ ਬਚਾਉਂਦਾ ਹੋਇਆ ਇੱਕ ਇੱਕ ਕਰਦਾ ਸੱਤ ਨੌਜਵਾਨ ਆਪਣੀ ਜ਼ਿੰਦਗੀ ਦੀ ਜਿਹੜੀ جنگ ਹੈ ਉਹ ਹਾਰ ਗਏ ਹਾਲਾਂਕਿ ਗੋਤਾਖੋਰਾਂ ਦੇ ਵੱਲੋਂ ਦੱਸਿਆ ਕਿ ਉਹ ਕਾਫੀ ਜਿਹੜਾ ਅੰਦਰ ਗਹਿਰਾਈ ਦੇ ਵਿੱਚ ਡਿੱਗੇ ਉਹਨਾਂ ਨੇ ਅੰਦਰ ਬਹੁਤ ਜਦੋ ਜਹਿਦ ਕੀਤੀ ਵੀ ਉਹ ਕਿਸੇ ਤਰੀਕੇ ਦੇ ਨਾਲ ਬਾਹਰ ਨਿਕਲ ਸਕਣ ਪਰ ਕੋਈ ਵੀ ਜਿਹੜਾ ਉਹਨਾਂ ਦਾ ਉਹਨਾਂ ਦੀ ਕੋਸ਼ਿਸ਼ ਹੈ ਉਹ ਸਫਲ ਨਹੀਂ ਹੋ ਸਕੀ ਤੇ ਆਖਰ ਨੂੰ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ ਤੇ ਪੋਸਟਮਾਰਟਮ ਵੀ ਉਹਨਾਂ ਦਾ ਕਰਵਾਇਆ ਗਿਆ ਬਨੂੜ ਦੇ ਰਹਿਣ ਵਾਲੇ ਸੀ ਸੱਤ ਜਿਹੜੇ ਨੌਜਵਾਨ ਨੇ ਅੱਜ ਬਨੂੜ ਦੇ ਵਿੱਚ ਉਹਨਾਂ ਦੇ ਘਰਾਂ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਕਿਉਂਕਿ ਕਈ ਘਰਾਂ ਦੇ ਚਿਰਾਗ ਬੁਜੇ ਨੇ ਕਿਸੇ ਦਾ ਇਕਲੌਤਾ ਪੋਤਾ ਤੇ ਕਿਸੇ ਨੇ ਦੋ ਪੁੱਤ ਗਵਾਏ ਨੇ ਇੱਕੋ ਪਰਿਵਾਰ ਦੇ ਚਾਰ ਜੀ ਉਹ ਵੀ ਛੋਟੀਆਂ ਉਮਰਾਂ ਦੇ ਵਿੱਚ ਸੋ ਵੱਡਾ ਘਾਟਾ ਪਰਿਵਾਰ ਨੂੰ ਪਿਆ ਹੈ ਪਰ ਇਸ ਘਾਟੇ ਦੇ ਦਰਮਿਆਨ ਸਵਾਲ ਪ੍ਰਸ਼ਾਸਨ ਦੇ ਉੱਤੇ ਵੀ ਨੇ ਸਵਾਲ ਜਿਹੜੇ ਇੱਥੇ ਸਲਾਨੀ ਆਉਂਦੇ ਨੇ ਉਹਨਾਂ ਦੀ ਸਮਝ ਦੇ ਉੱਤੇ ਵੀ ਨੇ ਪਰ ਹਰ ਤਰ੍ਹਾਂ ਦੇ ਸਵਾਲ ਪਰ ਇਹਨਾਂ ਸਵਾਲਾਂ ਦੇ ਵਿੱਚੋਂ ਕੀ ਜਵਾਬ ਨਿਕਲਿਆ ਹੈ ਕੀ ਨੌਜਵਾਨ ਜਾਂ ਆਉਣ ਵਾਲੇ ਸਲਾਨੀਆ ਉਹਨਾਂ ਦੇ ਲਈ ਪੁਕਤਾ ਜਿਹੜੇ ਇੰਤਜ਼ਾਮ ਨੇ ਉਹ ਹੋਣਗੇ ਜਾਂ ਨਹੀਂ ਸੋ ਸਾਹਮਣੇ ਜਿਹੜੀਆਂ ਪਹਾੜੀਆਂ ਨੇ ਰੁੱਖਾਂ ਦੇ ਨਾਲ ਭਰੀਆਂ ਹੋਈਆਂ ਉੱਚੇ ਉੱਚੇ ਪਹਾੜ ਇੱਥੇ ਵਿੱਚੋ ਵਿੱਚ ਝੀਲ ਦੇ ਦਿਖਾਈ ਦੇ ਰਹੇ ਨੇ ਸੋ ਨਜ਼ਾਰਾ ਬੇਹਦ ਦਿਲਕਸ਼ ਹੋ ਸਕਦਾ ਹੈ ਪਰ ਜ਼ਿੰਮੇਵਾਰੀ ਵੀ ਓਨੀ ਹੀ ਵੱਡੀ ਹੈ ਤੇ ਲੋਕਾਂ ਨੂੰ ਵੀ ਤੇ ਨਾਲ ਨਾਲ ਪ੍ਰਸ਼ਾਸਨ ਨੂੰ ਵੀ ਇੱਥੋਂ ਦੇ ਜਿਹੜੇ ਖਤਰੇ ਬਾਰੇ ਪਤਾ ਹੋਣਾ ਚਾਹੀਦਾ ਹੈ ਆਈਡੀਆ ਹੋਣਾ ਚਾਹੀਦਾ ਹੈ ਵੀ ਇੱਥੇ ਕਿੰਨਾ ਖਤਰਾ ਹੋ ਸਕਦਾ ਹੈ ਇਸ ਵਕਤ ਅਸੀਂ ਵਿੱਚੋ ਵਿੱਚ ਮੌਜੂਦਾਂ ਝੀਲ ਦੇ ਸੁਖ ਖਤਰਾ ਜਿੰਨਾ ਨਜ਼ਾਰਾ ਸੁੰਦਰ ਦੇਖਣ ਨੂੰ ਲੱਗਦਾ ਹੈ ਉਸ ਤੋਂ ਵੀ ਵੱਡਾ ਖਤਰਾ ਹੈ ਜੇਕਰ ਸਮਝਦਾਰੀ ਨਾ ਵਰਤੀ ਗਈ ਇੱਕ ਕਹਾਵਤੀ ਵੀ ਹੈ ਜੀ ਜੇ ਨਜ਼ਰ ਹਟੀ ਤੋ ਦੁਰਘਟਨਾ ਘਟੀ ਸੋ ਇੱਕ ਹਵਤ ਕਿਤਨਾ ਕਿਤੇ ਜਿਹੜੀ ਹੈ ਉਹ ਸੱਚ ਵੀ ਸਾਬਤ ਹੋਈ ਹੈ ਪਰ ਉਹ ਇੱਕ ਸਵਾਲ ਇਹ ਹੈ ਕਿ ਕੱਲ ਐਡਾ ਵੱਡਾ ਇਨਸੀਡੈਂਟ ਵਾਪਰ ਵੀ ਜਾਂਦਾ ਉਸ ਤੋਂ ਬਾਅਦ ਵੀ ਸਿੱਖਿਆ ਕਿਉਂ ਨਹੀਂ ਜਾਂਦਾ ਜਿਹੜੇ ਟੂਰਿਸਟ ਆਉਂਦੇ ਨੇ ਉਹ ਅੱਜ ਵੀ ਉਸੇ ਤਰੀਕੇ ਦੇ ਨਾਲ ਉਸੇ ਲੈਹ ਦੇ ਵਿੱਚ ਨੇ ਜਿਵੇਂ ਕਿਸੇ ਵੀ ਤਰੀਕੇ ਦੇ ਨਾਲ ਖਤਰਾ ਦਾ ਜ਼ਿਕਰ ਕਰਦੇ ਆ ਉਹ ਐਡਾ ਵੱਡਾ ਖਤਰਾ ਹੈ ਪਰ ਉਸ ਦੇ ਬਾਵਜੂਦ ਵੀ ਸਲਾਨੀ ਅੱਜ ਵੀ ਉਸੇ ਤਰੀਕੇ ਦੇ ਨਾਲ ਇੱਥੇ ਸੈਲਫੀਆਂ ਖਿਚਾਉਂਦੇ ਨੇ ਨਹਾਉਂਦੇ ਨੇ ਹਾਲਾਂਕਿ باوجود ਇਸ ਦੇ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸੀਂ ਵੀ ਕਈ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਖਤਰਾ ਹੈ ਨਾ ਜਾਓ ਪਰ ਉਹ ਕਹਿੰਦੇ ਸਾਨੂੰ ਪਤਾ ਹੈ ਕੱਲ ਇੱਥੇ ਹਾਦਸਾ ਹੋਇਆ ਹੈ باوجود ਇਹ ਕਿ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਕਿਉਂ ਮੌਤੇ ਮੂੰਹ ਦੇ ਵਿੱਚ ਨੌਜਵਾਨ ਜਾਂਦੇ ਨੇ ਸੋ ਇੱਥੇ ਬੇੜੀ ਦਾ ਸਹਾਰਾ ਲੈ ਕੇ ਜਿਹੜੇ ਸਲਾਨੀ ਨੇ ਉਹ ਆਉਂਦੇ ਨੇ ਸੋ ਹਰ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਸੋ ਇਹ ਪਾਣੀ ਦਾ ਜਦੋਂ ਅਸੀਂ ਜ਼ਿਕਰ ਕਰਦੇ ਆ ਜੇਕਰ ਇਹ ਜਦੋਂ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਆਪ ਵੱਧ ਜਾਂਦਾ ਹੈ ਗਲੇਸ਼ੀਅਰ ਪਿੰਗਲ ਦੇ ਨੇ ਬਰਸਾਤ ਦਾ ਮੌਸਮ ਪੀਕ ਦੇ ਉੱਤੇ ਹੁੰਦਾ ਹੈ ਸੋ ਇੱਥੇ ਸਿਰਫ ਤੋਂ ਸਿਰਫ ਤੁਹਾਨੂੰ ਪਹਾੜੀਆਂ ਨਜ਼ਰ ਨਹੀਂ ਆਉਣਗੀਆਂ ਜਿਹੜੀਆਂ ਇਸ ਵਕਤ ਤੁਸੀਂ ਪਹਾੜੀਆਂ ਇਸ ਝੀਲ ਦੇ ਆਲੇ ਦੁਆਲੇ ਦੇਖ ਰਹੇ ਹੋ ਪਹਾੜੀਆਂ ਨਜ਼ਰ ਨਹੀਂ ਆਉਣਗੀਆਂ ਇੱਥੇ ਸਿਰਫ ਨਜ਼ਰ ਆਏਗਾ ਪਾਣੀ ਪਾਣੀ ਦੇ ਨਾਲ ਖਤਰਾ ਉਨਾ ਹੀ ਜ਼ਿਆਦਾ ਵੱਧ ਜਾਂਦਾ ਹੈ ਸਲਾਨੀ ਫਿਰ ਵੀ ਆਉਂਦੇ ਨੇ ਪਰ ਉਸ ਵਕਤ ਇੱਥੇ ਸਿਰਫ ਤੋਂ ਸਿਰਫ ਬੇੜੀ ਦੇ ਸਹਾਰੇ ਹੀ ਆਇਆ ਜਾ ਸਕਦਾ ਹੈ ਕਿਉਂਕਿ ਪਾਣੀ ਦਾ ਪੱਧਰ ਕਹਿੰਦੇ ਨੇ ਵੀ ਜਿਵੇਂ ਭਾਈ ਸਾਹਿਬ ਨੇ ਵੀ ਦੱਸਿਆ ਜਿਹੜੇ ਇਸ ਬਿੜੀ ਦੇ ਮਲਾਹ ਨੇ ਜਾਂ ਹੋਰ ਲੋਕਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਵੀ 1600 ਫੁੱਟ ਤੱਕ ਜਿਹੜਾ ਪਾਣੀ ਹੈ ਜਿਵੇਂ ਭਾਖੜਾ ਦਾ ਪੱਧਰ ਹੁੰਦਾ ਹੈ ਉਸੇ ਪੱਧਰ ਤੱਕ ਪਾਣੀ ਜਿਹੜਾ ਹੈ ਉਹ ਪਹੁੰਚ ਜਾਂਦਾ ਹੈ ਸੋ ਖਤਰਾ ਬੇਹਦ ਮ ਇਸ ਪੂਰੇ ਏਰੀਏ ਦੇ ਵਿੱਚ ਹੁੰਦਾ ਹੈ ਸੋ ਖਤਰੇ ਦੇ ਨਾਲ-ਨਾਲ ਸਮਝ ਦੀ ਵੀ ਲੋੜ ਹੁੰਦੀ ਹੈ ਕਿਉਂਕਿ ਪੰਜਾਬ ਨੇ ਬਨੂੜ ਨੇ ਕੱਲ ਇੱਕ ਹਾਦਸੇ ਦੇ ਕਾਰਨ 7 ਨੌਜਵਾਨ ਗੁਆਏ ਨੇ ਪਰ ਇਹ ਹਾਦਸਾ ਪਹਿਲਾ ਨਹੀਂ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਨੇ ਪਰ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਕੀ ਸਿੱਖਿਆ ਤੇ ਜਿਹੜੇ ਟੂਰਿਸਟ ਇੱਥੇ ਆਉਂਦੇ ਨੇ ਸਲਾਨੀ ਆਉਂਦੇ ਨੇ ਉਹਨਾਂ ਦੇ ਵੱਲੋਂ ਕੀ ਸਿੱਖਿਆ ਕਿਉਂਕਿ ਪਾਣੀ ਦਾ ਪੱਧਰ ਬੇਹੱਦ ਜ਼ਿਆਦਾ ਹੈ ਤੇ ਖਤਰਾ ਵੀ ਉਹਨਾਂ ਜ਼ਿਆਦਾ ਹੈਗਾ ਹੈ ਇਸ ਵਕਤ ਗੋਬਿੰਦ ਸਾਗਰ ਝੀਲ ਦੇ ਵਿੱਚ ਮੌਜੂਦਾ ਤੇ ਇਸੇ ਬੇੜੀ ਦਾ ਸਹਾਰਾ ਲੈ ਕੇ ਅਸੀਂ ਤੁਹਾਨੂੰ ਪੂਰੀ ਝੀਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰ ਕੱਲ ਕਿਸ ਤਰੀਕੇ ਦੇ ਨਾਲ ਇੱਕ ਹਾਦਸਾ ਵਾਪਰਦਾ ਹੈ ਜਿਸ ਦੇ ਵਿੱਚ ਜਿਹੜੇ 7 ਨੌਜਵਾਨ ਨੇ ਉਹ ਆਪਣੀ ਜ਼ਿੰਦਗੀ ਜਿਹੜੀ ਜੰਗ ਹੈ ਉਹ ਹਾਰ ਜਾਂਦੇ ਨੇ ਤੇ ਇਸ ਝੀਲ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਪਹਾੜ ਨੇ ਉਚਾਈਆਂ ਤਰ੍ਹਾਂ ਉਚਾਈਆਂ ਖੱਡ ਜਿਹੜੀ ਹੈ ਉਹ ਦੇਖਣ ਨੂੰ ਦੀ ਐਸੇ ਕਰਕੇ ਇੱਥੇ ਖਤਰਾ ਜਿਹੜਾ ਹੈ ਉਹ ਬੇहद ਜ਼ਿਆਦਾ ਹੈਗਾ ਹੈ ਸੋ ਇਸੇ ਕਾਰਨ ਜਿਹੜਾ ਹੈ ਪ੍ਰਸ਼ਾਸਨ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਵੀ ਇਸ ਠੀਲ ਦੇ ਵਿੱਚ ਜਿਹੜਾ ਹੈ ਉਹ ਸੈਲਫੀਆਂ ਨਾ ਖਚਾਈਆਂ ਜਾਣ ਫੋਟੋਜ਼ ਨਾ ਖਚਾਈਆਂ ਜਾਣ ਉਹ ਜਿਹੜੀ ਜ਼ਿੰਦਗੀ ਹੈ ਉਸ ਨੂੰ ਖਤਰੇ ਦੇ ਵਿੱਚ ਨਾ ਪਾਇਆ ਜਾਵੇ ਪਰ ਮੈਂ ਹੁਣ ਤੁਹਾਨੂੰ ਵੱਖ-ਵੱਖ ਜਿਹੜੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਾਂਗਾ ਕਿਉਂਕਿ ਹੁਣ ਅਸੀਂ ਇਸ ਵਕਤ ਬਿਲਕੁਲ ਜਿਹੜਾ ਕਿਨਾਰੇ ਦੇ ਉੱਤੇ ਪਹੁੰਚ ਚੁੱਕੇ ਹਾਂ ਕਿਉਂਕਿ ਅਸੀਂ ਇਸ ਦੀ ਮਦਦ ਦੇ ਨਾਲ ਜਿਹੜੀ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜਾ ਪਾਣੀ ਦਾ ਪਦਰ ਸੀਗਾ ਉਹ ਬੇहद ਜਿਆਦਾ ਵਿੱਚੋਂ ਵਿੱਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਇਸੇ ਬੇੜੀ ਦੇ ਰਾਹੀ ਕੱਲ ਉਹਨਾਂ ਨੌਜਵਾਨਾਂ ਦੇ ਵੱਲੋਂ ਵੀ ਜਿਹੜਾ ਹੈ ਉਹ ਕੋਸ਼ਿਸ਼ ਕਰਨੀ ਸੀ ਵੀ ਹਾਂ ਸੀਓਸ ਦੇ ਮੱਦੇਨਜ਼ਰ ਜਿਹੜਾ ਨੌਜਵਾਨ ਨੇ ਉਹ ਇਸ ਬੇੜੀ ਦੇ ਰਾਹੀਂ ਬਾਬਾ ਬਾਰਕਨਾਥ ਦੇ ਮੰਦਿਰ ਦੇ ਜਿਹੜੇ ਹੈ ਉਹ ਦਰਸ਼ਨ ਦਿਦਾਰ ਕਰ ਸਕਣ ਪਰ ਹੋਇਆ ਜਿਹਾ ਨਹੀਂ ਜਦੋਂ ਨੌਜਵਾਨ ਇੱਥੇ ਆਏ ਸੀ ਤਾਂ ਬੇੜੀ ਨਹੀਂ ਸੀਗੀ ਕਿਉਂਕਿ ਆਪਣੇ ਟਾਈਮ ਦੇ ਮੁਤਾਬਿਕ ਇਹਨਾਂ ਲੋਕਾਂ ਦੇ ਵੱਲੋਂ ਜਿਹੜੇ ਸਲਾਨੀ ਨੇ ਇੱਥੇ ਆਮ ਜਿਹੜੇ ਲੋਕ ਆਉਂਦੇ ਨੇ ਪਾਰਕ ਕਰਨ ਦੇ ਲਈ ਉਹਨਾਂ ਨੂੰ ਲੈ ਕੇ ਗਏ ਹੋਏ ਸੀ ਤੋਂ ਇੰਤਜ਼ਾਰ ਕੀਤਾ ਗਿਆ ਉਹਨਾਂ ਨੌਜਵਾਨਾਂ ਦੇ ਵੱਲ ਪਰ ਉਸ ਦੇ ਦਰਮਿਆਨ ਹੀ ਨਹਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਗਈ ਤੇ ਉਸੇ ਦੌਰਾਨ ਉਹ ਨੌਜਵਾਨ ਜਿਹੜੇ ਨੇ ਉਹ ਡੁੱਬ ਕੇ ਆਪਣੀ ਜਾਨ ਗਵਾ ਜਾਂਦੇ ਨੇ ਪਰ ਜਿਵੇਂ ਸਵੇਰੇ ਕ੍ਰਿਸ਼ਨ ਉਹਨਾਂ ਦੇ ਨਾਲ ਦੇ ਇੱਕ ਨੌਜਵਾਨ ਨੇ ਦੱਸਿਆ ਜੋ ਡੁੱਬਣ ਲੱਗਿਆ ਸੀ ਡੁੱਬਦਾ ਡੁੱਬਦਾ ਬਚਿਆ ਪਾਣੀ ਉਸ ਦੇ ਗਲ ਤੱਕ ਭਰ ਗਿਆ ਸੀ ਤੇ ਬਸ ਉਸ ਦੇ ਦਰਮਿਆਨ ਹੀ ਇੱਕ ਨੌਜਵਾਨ ਦਾ ਸੋਨੂ ਦਾ ਨੇ ਆਪਣੇ ਦਿਮਾਗ ਦੇ ਰਹੀ ਆਪਣੀ ਫੁਰਤੀ ਦੇ ਰਾਹੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਦਰਮਿਆਨ ਜਿਹੜੀ ਇਸ ਬੇੜੀ ਦਾ ਰੱਸਾ ਹੈ ਜਿਹੜਾ ਉਸ ਨੂੰ ਇਸ ਬੇੜੀ ਦਾ ਜਿਹੜਾ ਰੱਸਾ ਹੈ ਉਸ ਨੂੰ ਖੋਲਿਆ ਗਿਆ ਤੇ ਨਾਲ ਦੇ ਨੌਜਵਾਨ ਕ੍ਰਿਸ਼ਨ ਨੂੰ ਬਾਹਰ ਕੱਢਿਆ ਗਿਆ ਸੋ ਪੂਰਾ ਇਨਸੀਡੈਂਟ ਸੀ ਪਰ ਇਸ ਇਨਸੀਡੈਂਟ ਨੇ ਪੰਜਾਬ ਦੇ ਇੱਕ ਨੌਜਵਾਨ ਦੀ ਜਾਨ ਲੈ ਲਈ ਤੇ ਉਸ ਦਾ ਖਾਮਿਆਜਾ ਉਸ ਦੇ ਜਿਹੜੇ ਪਰਿਵਾਰ ਨੇ ਉਹ ਭੁਗਤ ਰਹੇ ਨੇ ਤੇ ਨਾਲ ਹੀ ਲੋੜ ਹੈ ਕਿ ਇੱਥੇ ਪੁਖਤਾ ਪ੍ਰਬੰਧ ਕੀਤੇ ਜਾਣ ਕਿਉਂਕਿ ਵੱਡੀ ਗਿਣਤੀ ਚ ਸਲਾਨੀ ਆਉਂਦੇ ਨੇ ਸੋ ਉਮੀਦ ਹੈ ਕਿ ਜਿੱਥੇ ਸਲਾਨੀਆਂ ਨੂੰ ਸਿੱਖਣ ਦੀ ਲੋੜ ਹੈ ਉੱਥੇ ਹੀ ਪ੍ਰਸ਼ਾਸਨ ਨੂੰ ਵੀ ਪੁਖਤਾ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਅਜਿਹੇ ਹਾਦਸੇ ਨਾ ਹੋ ਸਕਣ ਕੈਮਰਾਮੈਨ ਜਤਿੰਦਰ ਨਾਲ ਅਮਨਦੀਪ ਸਿੰਘ এবੀਪੀ ਸਾਂਝਾ ਉਹਨਾ এবੀਪੀ ਸਾਂਝਾ ਜੋਸ਼ ਜਜ਼ਬਾ ਜਨੂਨ